ਹੁਸ਼ਿਆਰਪੁਰ ਦੇ ਵਾਰਡ ਨੰਬਰ 31 ਅਧੀਨ ਆਉਂਦੇ ਮਹੱਲਾ ਰੇਲਵੇ ਮੰਡੀ ਦੇ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਵਾਰਡ ਦੇ ਕੌਂਸਲਰ ਤੇ ਮੁਹੱਲੇ 'ਚ ਨਜਾਇਜ਼ ਉਸਾਰੀ ਕਰਵਾਉਣ ਦੇ ਦੋਸ਼ ਲਾਏ ਨੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਅਮਰਦੀਪ ਸਿੰਘ ਪੁੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਵਾਰਡ ਦੇ ਕੌਂਸਲਰ ਮੋਨਿਕਾ ਕਤਨਾ ਦੇ ਪਰਿਵਾਰ ਵੱਲੋਂ ਮੁਹੱਲੇ 'ਚ ਨਗਰ ਨਿਗਮ ਦੇ ਵਿਰੁੱਧ ਜਾ ਕੇ ਨਜਾਇਜ਼ ਉਸਾਰੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਸੰਬੰਧੀ ਉਹਨਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਹੋਈ ਹੈ, ਪਰੰਤੂ ਬਾਵਜੂਦ ਇਸ 'ਤੇ ਨਜਾਇਜ਼ ਉਸਾਰੀ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਕੰਮ ਰੋਕਣ ਦਾ ਨੋਟੀਫਿਕੇਸ਼ਨ ਵੀ ਦਿੱਤਾ ਗਿਆ ਹੈ, ਪਰੰਤੂ ਕੌਂਸਲਰ ਦੇ ਪਰਿਵਾਰ ਵੱਲੋਂ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਜਦੋਂ ਉਹ ਨਗਰ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਵੱਲੋਂ ਵੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਦੂਜੇ ਪਾਸੇ ਜਦੋਂ ਕੌਂਸਲਰ ਮੋਨਿਕਾ ਕਤਨਾ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਦੋਸ਼ ਸਰਾਸਰ ਬੇਬੁਨਿਆਦ ਨੇ ਅਤੇ ਉਹਨਾਂ ਵੱਲੋਂ ਨਕਸ਼ਾ ਪਾਸ ਕਰਵਾ ਕੇ ਹੀ ਉਸਾਰੀ ਕਰਵਾਈ ਜਾ ਰਹੀ ਹੈ। ਨਿਗਮ ਵੱਲੋਂ ਨਕਸ਼ੇ 'ਚ ਜੋ ਤਰੁੱਟੀਆਂ ਕੱਢੀਆਂ ਗਈਆਂ ਸਨ ਉਸ ਨੂੰ ਦੂਰ ਕਰਨ ਲਈ ਉਹਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਉਕਤ ਸਾਰੀਆਂ ਤਰੁੱਟੀਆਂ ਦੂਰ ਕਰਕੇ ਨਕਸ਼ਾ ਪਾਸ ਕਰਵਾਉਣ ਦਾ ਪੱਤਰ ਦਾਇਰ ਕੀਤਾ ਹੋਇਆ ਹੈ। ਇਸ ਸਾਰੇ ਮਾਮਲੇ ਸੰਬੰਧੀ ਜਦੋਂ ਨਗਰ ਨਿਗਮ ਦੇ ਤੈਨਾਤ ATP ਸੁਨੀਲ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨਿਗਮ ਵੱਲੋਂ ਪੂਰੇ ਮਾਮਲੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਉਹਨਾਂ 'ਤੇ ਕੋਈ ਰਾਜਸੀ ਦਬਾਅ ਨਹੀਂ ਹੈ। ਸਮੱਸਿਆ ਇਹ ਹੈ ਕਿ ਸਾਡੇ ਨਾਲ ਦੇ ਘਰ ਦੇ ਨਾਲ ਇੱਕ ਮਕਾਨ ਦੀ ਉਸਾਰੀ ਚੱਲ ਰਹੀ ਹੈ ਜੋ ਕਿ ਸਾਡੇ ਮੁਹੱਲੇ ਦੇ MC ਮੋਨਿਕਾ ਕਤਨਾ ਹੁਣਾਂ ਦੇ ਪਰਿਵਾਰ ਦੇ ਵਿੱਚੋਂ ਹੈ, ਜੋ ਕਿ ਉਹਨਾਂ ਦੇ ਮਦਰ ਲਾਅ ਦੇ ਨਾਂ ਦੇ ਉਸਾਰੀ ਚੱਲ ਰਹੀ ਹੈ ਇਹ। ਅਤੇ ਇਹਦੇ ਵਿੱਚ ਸਾਡਾ ਕੁਛ ਇਹਨਾਂ ਦਾ ਲਿਟੀਗੇਸ਼ਨ ਚੱਲ ਰਿਹਾ ਸੀ, ਜਿਹਦੇ ਆਪਾਂ DC ਸਾਹਿਬ ਦੇ ਪੇਸ਼ ਹੋ ਕੇ ਆਪਾਂ ਐਪਲੀਕੇਸ਼ਨ ਦਿੱਤੀ ਸੀ, ਜਿਸਦੇ ਸਾਨੂੰ ਐਪਲੀਕੇਸ਼ਨ ਜੋ DC ਰਿਪੋਰਟ ਆਈ ਉਸ ਦੇ ਵਿੱਚ ਇਹ ਆਇਆ ਕਿ ਜੋ ਇਹ ਉਸਾਰੀ ਜਿਹੜੀ ਇਹ ਕਰ ਰਹੇ ਆ ਇਹਦਾ ਨਕਸ਼ਾ ਹੀ ਨਹੀਂ ਪਾਸ ਹੈਗਾ। ਸੋ ਉਸ ਤੋਂ ਬਾਅਦ ਅਸੀਂ ਵਾਰ ਵਾਰ ਕਾਰਪੋਰੇਸ਼ਨ ਵੀ ਵਿਜ਼ਿਟ ਕੀਤਾ, ATP ਸੁਨੀਲ ਕੁਮਾਰ ਜਿਹੜੇ ਬਿਲਡਿੰਗ ਮਹਿਕਮੇ ਦੇ ਇੰਚਾਰਜ ਨੇ ਅਤੇ ਬਿਲਡਿੰਗ ਅਫਸਰ ਰਣਦੀਪ ਕੌਰ ਹੁਣੀ ਵੀ ਇੱਥੇ ਵਿਜ਼ਿਟ ਕਰਕੇ ਗਏ ਅਤੇ ਸਾਨੂੰ ਰਿਪੋਰਟ ਦੇ ਵਿੱਚ ਵੀ ਇਹੀ ਆਇਆ ਕਿ ਜੋ ਜਿਹੜੀ ਉਸਾਰੀ ਹੈ ਉਹ ਨਜਾਇਜ਼ ਹੈ ਅਤੇ ਇਹ ਹਾਲੇ ਨਕਸ਼ਾ ਨਹੀਂ ਪਾਸ, ਪਰ ਉਹਦੇ ਬਾਵਜੂਦ ਵੀ ਕੰਮ ਪ੍ਰੋਪਰ ਤਰੀਕੇ ਨਾਲ ਚੱਲ ਰਿਹਾ ਆ ਅਤੇ ਇਸਦੇ ਅਸੀਂ ਪ੍ਰੋਪਰ ਜੋ ਇਨਫੋਰਮੇਸ਼ਨ ਆ ਉਹ ਵਾਰ ਵਾਰ ਕਾਰਪੋਰੇਸ਼ਨ ਦੇ ਵਿੱਚ ਜਾ ਕੇ ਦੱਸੀ ਵੀ ਗਈ ਹੈ ਅਤੇ ਉਹਨਾਂ ਦੇ ਵਟਸਐਪ ਦੇ ਉੱਤੇ ਵੀ ਭੇਜੀ ਗਈ ਆ, ਬਟ ਕਿਸੇ ਪ੍ਰਕਾਰ ਦਾ ਇਹੀ ਇੱਕ ਉਹ ਆਂਸਰ ਦਿੰਦੇ ਆ ਕਿ ਇਹਨਾਂ ਨੂੰ ਸਟੋਪ ਨੋਟਿਸ ਦਿੱਤਾ ਹੋਇਆ ਆ, ਇਹ ਕੰਮ ਨਹੀਂ ਕਰ ਸਕਦੇ, ਬਟ ਉਹਦੇ ਬਾਵਜੂਦ ਵੀ ਮਿਲੀ ਭਗਤ ਨਾਲ ਇਹ ਕੰਮ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਆ। ਜਦੋਂ ਤੁਸੀਂ ਸ਼ਿਕਾਇਤ ਕੀਤੀ ਸੀ ਕਮੇਟੀ ਨੂੰ ਜਾਂ DC ਸਾਹਿਬ ਨੂੰ, ਉਦੋਂ ਕੰਮ ਹਲੇ ਸ਼ੁਰੂਆਤ ਹੋਈ ਸੀ ਕਿ ਮਕਾਨ ਬਣ ਕੇ ਤਿਆਰ ਹੋ ਚੁੱਕਾ ਸੀ? ਦੇਖੋ ਜੀ, ਕੰਮ ਕਾਫੀ ਟਾਈਮ ਤੋਂ ਚੱਲਦਾ ਪਿਆ ਆ। ਜਦੋਂ ਸਾਡੇ ਨਾਲ ਇਹਨਾਂ ਦੀ ਕੋਈ ਪ੍ਰੋਬਲਮ ਚੱਲੀ ਆ ਮਕਾਨ ਨੂੰ ਲੈ ਕੇ, ਕੋਈ ਸਾਡੇ ਥੋੜ੍ਹੇ ਡੈਮੇਜਸ ਹੋ ਰਹੀਆਂ ਸੀਗੀਆਂ, ਤਾਂ ਉਸਦੇ ਪ੍ਰਤੀ ਅਸੀਂ ਜਦੋਂ ਕੰਮ ਦੇ ਦੌਰਾਨ ਅਸੀਂ ਕੰਪਲੇਂਟ ਪਾਈ ਅਤੇ ਕੰਮ ਉਦੋਂ ਚੱਲਦਾ ਪਿਆ ਸੀਗਾ ਅਤੇ ਇਹ ਜਿਹੜੀਆਂ ਰਿਪੋਰਟਾਂ ਆ ਉਸੇ ਟਾਈਮ ਦੇ ਆਪਣੇ ਸਾਡੇ ਕੋਲ ਅਕਤੂਬਰ ਨਵੰਬਰ ਦੇ ਵਿੱਚ ਵੀ ਆਈਆਂ, ਜਨਵਰੀ ਦੇ ਵਿੱਚ ਵੀ ਲੇਟੈਸਟ ਰਿਪੋਰਟ ਦੇ ਵਿੱਚ ਵੀ ਇਹੀ ਆਇਆ ਕਿ ਜਿਹੜੀ ਜਿਹੜੀ ਉਸਾਰੀ ਹੈ ਉਹ ਗੈਰ ਕਾਨੂੰਨੀ ਆ, ਮਤਲਬ ਕਿ ਨਕਸ਼ਾ ਇਸ ਚੀਜ਼ ਦਾ ਪਾਸ ਨਹੀਂ ਹੋਇਆ ਹੋਇਆ। ਜਦੋਂ ਸਾਰੇ ਮਸਲਿਆਂ ਨੂੰ ਲੈ ਕੇ ਤੁਸੀਂ ਵੱਖ ਵੱਖ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਹੋ ਬਿਲਡਿੰਗ ਡਿਪਾਰਟਮੈਂਟ ਦੇ ਨਾਲ, ਨਗਰ ਨਿਗਮ ਦੇ ਵਿੱਚ, ਕੀ ਉਹਨਾਂ ਦਾ ਜਵਾਬ ਹੈ ਜਾਂ ਕੀ ਸੋਚਦੇ ਹੋ ਤੁਸੀਂ, ਕਿਉਂ ਨਹੀਂ ਕਾਰਵਾਈ ਹੋ ਰਹੀ? ਦੇਖੋ ਜੀ, ਆਪਾਂ ਇਸ ਮਾਮਲੇ ਵਿੱਚ ATP ਸੁਨੀਲ ਕੁਮਾਰ ਅਤੇ ਬਿਲਡਿੰਗ ਇੰਚਾਰਜ ਇੰਸਪੈਕਟਰ ਰਣਦੀਪ ਕੌਰ ਮੈਡਮ ਨੂੰ ਮਿਲੇ ਹਾਂ। ਉਹ ਇਹ ਕਹਿ ਰਹੇ ਕਿ ਅਸੀਂ ਸਟੋਪ ਨੋਟਿਸ ਦਿੱਤਾ ਹੋਇਆ, ਪਰ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਤੁਹਾਡੇ ਸਟੋਪ ਨੋਟਿਸ ਦੇ ਬਾਵਜੂਦ ਵੀ ਕੰਮ ਚੱਲ ਰਿਹਾ ਆ। ਉਹ ਕਹਿੰਦੇ ਜੀ ਅਸੀਂ ਸਟੋਪ ਨੋਟਿਸ ਦਿੱਤਾ ਆ, ਉਹ ਕੰਮ ਬੰਦ ਹੈ। ਅਤੇ ਇੱਕ ਉਦੋਂ ਬਾਅਦ ਸਾਡੀ ATP ਸੁਨੀਲ ਕੁਮਾਰ ਹੁਣਾਂ ਨਾਲ ਵੀ ਫੋਨ 'ਤੇ ਵੀ ਗੱਲ ਹੋਈ ਅਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਜੀ ਕੰਮ ਬੰਦ ਹੈ, ਸਟੋਪ ਨੋਟਿਸ ਆ, ਪਰ ਹਾਂ ਥੋੜ੍ਹਾ ਦਬਾਅ ਵੀ ਹੈ ਅਤੇ ਥੋੜ੍ਹਾ ਮਤਲਬ ਮੈਨੂਪਲੇਸ਼ਨ ਵਾਲੇ ਜਵਾਬ ਸਾਨੂੰ ਹਮੇਸ਼ਾ ਦਿੱਤੇ ਗਏ ਆ। ਦੇਖੋ ਜੀ, ਸਰਕਾਰ ਪਹਿਲੀ ਸਰਕਾਰ ਸੀ, ਹੁਣ ਤਾਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਗਈ ਹੈ ਅਤੇ ਜਿਹਦੇ ਵਿੱਚ ਤਾਂ ਬੜੇ ਦਾਅਵੇ ਹੈ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਇਮਾਨਦਾਰ ਤਰੀਕੇ ਨਾਲ ਸਾਰੇ ਕੰਮ ਕੀਤੇ ਜਾਊਗੇ, ਬਟ ਹਾਲੇ ਵੀ ਬੜਾ ਅਫਸੋਸ ਹੈ ਕਿ ਮੁਹੱਲੇ ਦੇ ਵਿੱਚ ਅਸੀਂ ਇੱਕ ਬੰਦੇ ਨੂੰ ਨਿਯੁਕਤ ਕਰਦੇ ਹਾਂ ਕਿ ਆਪਣੀ ਇਹ ਸਮੱਸਿਆ ਦੱਸਣ ਵਾਸਤੇ, ਪਰ ਉਹਦੇ ਬਾਵਜੂਦ ਵੀ ਇੱਕ MC ਹੀ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਾ ਰਿਹਾ ਤਾਂ ਉਹ ਮੁਹੱਲੇ ਦਾ ਕੀ ਅੱਗੇ ਵਧਾਊਗਾ? MC ਨਾਲ ਗੱਲਬਾਤ ਕੀਤੀ ਕਿ ਇਸ ਮੁੱਦੇ ਤੇ? MC ਹੁਣਾਂ ਨਾਲ ਸਾਡੀ ਬਹੁਤ ਵਾਰ ਮੀਟਿੰਗ ਹੋਈ ਆ, ਬਟ ਉਹ ਕਿਸੇ ਵੀ ਮੁੱਦੇ ਤੇ ਆਉਣ ਨੂੰ ਤਿਆਰ ਹੀ ਨਹੀਂ ਆ। ਉਹ ਹਮੇਸ਼ਾ ਇਹੀ ਕਹਿੰਦੇ ਆ ਕਿ ਸਾਡਾ ਜੋ ਸਾਡਾ ਪੇਪਰ ਆ, ਜੋ ਸਾਡਾ ਆਪਾਂ ਕਮੇਟੀ ਨੂੰ ਜਵਾਬ ਦਿੱਤਾ ਹੋਇਆ, ਅਸੀਂ ਸਾਡੇ ਸਾਨੂੰ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਆ। ਇਹ ਉਸਾਰੀ ਜਿਹੜੀ ਹੈਗੀ ਹੈ ਇਸ ਵੇਲੇ ਕਿੱਥੇ ਪਹੁੰਚੀ ਹੈ? ਇਹ ਤੀਸਰੀ ਮੰਜ਼ਿਲ ਤੱਕ ਪਹੁੰਚ ਚੁੱਕੀ ਹੈ ਜੀ। ਕਦੋਂ ਸ਼ੁਰੂ ਹੋਈ ਸੀ ਉਸਾਰੀ? ਇਹ ਪਿਛਲੇ ਸਾਲ ਜੂਨ ਜੁਲਾਈ ਦੀ ਸ਼ੁਰੂ ਹੋਈ ਹੈ ਜੀ। ਉਦੋਂ
ਜਿਹੜੀ ਹੈਗੀ ਹੈ ਕਾਂਗਰਸ ਸਰਕਾਰ ਜੀ ਦੇਖੋ ਜੀ ਇਹ ਐਮ ਸੀ ਫਿਲਹਾਲ ਜਦੋਂ ਇਹਨਾਂ ਨੇ ਇਲੈਕਸ਼ਨ ਲੜੇ ਸੀਗੇ ਆਜ਼ਾਦ ਲੜੇ ਸੀਗੇ ਅਤੇ ਰੀਸੈਂਟਲੀ ਹਾਲੇ ਆਈ ਥਿੰਕ ਕਿਸੇ ਪਾਰਟੀ ਨਾਲ ਇਨਵੋਲਵ ਨਹੀਂ ਹੋ ਬਟ ਰੀਸੈਂਟਲੀ ਜਿਹੜੇ ਇਲੈਕਸ਼ਨ ਹੋਏ ਸੀ ਤਾਂ ਬੀ ਐਸ ਪੀ ਨੂੰ ਅਕਾਲੀ ਦਲ ਅਤੇ ਬੀ ਐਸ ਪੀ ਨੂੰ ਸਪੋਰਟ ਕਰ ਰਹੇ ਸੀਗੇ ਪਰ ਜਦੋਂ ਸਾਰੀ ਜਦੋਂ ਸ਼ੁਰੂ ਕੀਤੀ ਨਜਾਇਜ਼ ਉਸਾਰੀ ਹਾਂਜੀ ਤੁਸੀਂ ਕਹਿੰਦੇ ਹਾਂਜੀ ਹਾਂਜੀ ਐਮ ਸੀ ਤਾਂ ਮੌਜੂਦਾ ਜੀ ਇਹਨਾਂ ਦੀ ਵਾਈਫ ਐਮ ਸੀ ਆ ਜਿਹੜੀ ਇਹ ਪ੍ਰੋਪਰਟੀ ਆ ਇਹ ਮਾਤਾ ਜੀ ਦੇ ਨਾਂ ਆ ਉਹਨਾਂ ਦੇ ਸੱਸ ਦੇ ਨਾਂ ਦੇ ਆ ਪ੍ਰਮੀਲਾ ਕਤਨਾ ਦੇ ਨਾਂ ਤੇ ਆ ਅਤੇ ਬਲਵਿੰਦਰ ਕਤਨਾ ਜਿਹੜੇ ਉਹਨਾਂ ਦੇ ਬੇਟੇ ਉਹ ਸਾਰਾ ਕਰਤਾ ਧਰਤਾ ਆ ਗੱਲੇ ਜਦੋਂ ਇਹ ਘਟਨਾਕ੍ਰਮ ਸ਼ੁਰੂ ਹੋਇਆ ਹਾਂਜੀ ਉਸ ਵੇਲੇ ਇਹ ਕਿਸੇ ਪਾਰਟੀ ਵਿੱਚ ਸੀਗੇ ਉਸ ਕਾਂਗਰਸ ਪਾਰਟੀ ਚ ਹੀ ਸੀਗੇ ਜੀ ਹਾਂਜੀ 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 ਕੀ ਮੰਗ ਕੀ ਕਰਦੇ ਤੁਸੀਂ ਦੇਖੋ ਮੰਗ ਤਾਂ ਸਾਡੀ ਇਹ ਹੈ ਕਿ ਪਹਿਲੀ ਗੱਲ ਤਾਂ ਅਗਰ ਡੀ ਸੀ ਦੇ ਰਿਪੋਰਟ ਦੇ ਉੱਤੇ ਇਹ ਆਇਆ ਹੋਇਆ ਹੈ ਕਿ ਉਹ ਨਾਜਾਇਜ਼ ਤੌਰ ਦੇ ਉੱਤੇ ਉਸਾਰੀ ਕਰ ਰਿਹਾ ਆ ਅਤੇ ਇਸ ਚੀਜ਼ ਨੂੰ ਤਾਂ ਉਹਨਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਜਾਂ ਸੀਲ ਕੀਤਾ ਜਾਵੇ ਕੱਲ੍ਹ ਨੂੰ ਇਸ ਬਿਲਡਿੰਗ ਦੇ ਦੌਰਾਨ ਕੋਈ ਹਾਦਸਾ ਹੋ ਜਾਂਦਾ ਤਾਂ ਉਸਦਾ ਜ਼ਿੰਮੇਵਾਰ ਫਿਰ ਕੌਣ ਹੋਵੇਗਾ ਪੁਰਾਣੇ ਡੀ ਸੀ ਬਦਲ ਗਏ ਹੈਗੇ ਆ ਜਦੋਂ ਨੋਟਿਸ ਜਿਹੜੇ ਹੈਗੇ ਆ ਉਹ ਇਹਨਾਂ ਨੂੰ ਘੱਲੇ ਗਏ ਸੀਗੇ ਠੀਕ ਹੈ ਦੇਖੋ ਜੀ ਬਿਲਕੁਲ ਉਮੀਦ ਕਰਦੇ ਹਾਂ ਜੀ ਬਿਲਕੁਲ ਆਮ ਆਦਮੀ ਪਾਰਟੀ ਐਤਕੀ ਆਈ ਆ ਤੇ ਕਾਫੀ ਟਾਈਮ ਤੋਂ ਉਹ ਆਪਣਾ ਕੰਮ ਕਰ ਰਹੇ ਆ ਤੇ ਸਾਨੂੰ ਤਾਂ ਇਹੀ ਉਮੀਦ ਹੈ ਕਿ ਇਹਦੇ ਵਿੱਚ ਕੋਈ ਭੇਦਭਾਵ ਨਾ ਹੋਵੇ ਕਿ ਹਾਂ ਕੋਈ ਵੱਡੇ ਅਹੁਦੇਦਾਰ ਬੰਦਾ ਜਾਂ ਨੋਰਮਲ ਬੰਦਾ ਇਨਸਾਫ ਤੇ ਰੂਲ ਤੇ ਲਾਅ ਸਾਰਿਆਂ ਲਈ ਬਰਾਬਰ ਹੈ ਤਾਂ ਉਹ ਸਾਰਿਆਂ ਲਈ ਇੱਕੋ ਹੀ ਰੂਲ ਹੋਣਾ ਚਾਹੀਦਾ ਹੈ ਹਾਂਜੀ ਕਤਨਾ ਸਾਹਿਬ ਜਿੱਥੇ ਮੁਹੱਲਾ ਰੇਲਵੇ ਮੰਡੀ 'ਚ ਤੁਹਾਡੇ ਵੱਲੋਂ ਮਕਾਨ ਦੀ ਉਸਾਰੀ ਕਰਵਾਈ ਜਾ ਰਹੀ ਆ ਉੱਥੇ ਮੁਹੱਲਾ ਵਾਸੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਦੋਸ਼ ਲਗਾਇਆ ਕਿ ਨਜਾਇਜ਼ ਉਸਾਰੀ ਆ ਐਜ਼ ਪਰ ਬਿਲਡਿੰਗ ਬਾਈ ਲਾ ਮੈਂ ਨਕਸ਼ੇ ਦੀ ਵਾਸਤੇ ਅਪਲਾਈ ਕੀਤਾ ਨਕਸ਼ਾ ਮੇਰਾ ਪਾਸ ਆ ਪਰ ਉਹ 1938 ਦੇ ਵਿੱਚ ਨਕਸ਼ਾ ਪਾਸ ਸੀ ਜਿਹੜਾ ਕਿ ਮੈਨੂੰ ਬਾਅਦ 'ਚ ਮਿਲਿਆ ਅਤੇ ਮੈਂ ਉਹਦਾ ਰਿਵਾਈਜ਼ ਜਿਹੜਾ ਨਕਸ਼ਾ ਕਮੇਟੀ ਨੂੰ ਦੇ ਦਿੱਤਾ ਜਿਹੜਾ ਕਿ ਅੱਜ ਤੱਕ ਮੈਨੂੰ ਕਮੇਟੀ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਇੱਕ ਨੋਟਿਸ 270 ਦਿੱਤਾ ਸੀ ਉਹਦਾ ਜਵਾਬ ਮੈਂ ਉਸੇ ਦਿਨ ਹੀ ਦੇ ਦਿੱਤਾ ਸੀ ਜਿਸ ਕਿ ਮੇਰਾ ਜਿਹੜਾ ਨਕਸ਼ਾ ਐਜ਼ ਪਰ ਬਿਲਡਿੰਗ ਬਾਈ ਲਾਭ ਬਣ ਰਿਹਾ ਔਰ ਇਹ ਨਕਸ਼ਾ ਜਿਹੜਾ ਇਸ ਕਰਕੇ ਜਿਹੜੀ ਬਾਹਰਲੀ ਦੀਵਾਰ ਆ ਐਜ਼ ਪਰ ਰੂਲ ਜੇ ਬਾਹਰਲੀ ਦੀਵਾਰ ਪੁਰਾਣੀ ਹੈਗੀ ਹੈ ਅਤੇ ਅੰਦਰ ਵੱਲ ਜਿਹੜੀ ਮੜ ਦੀ ਬਣੀ ਹੋਈ ਆ ਕਿਉਂਕਿ ਅੰਦਰ ਗਾਰੇ ਦੀ ਦੀਵਾਰ ਬਣੀ ਹੋਈ ਸੀਗੀ ਉਹ ਗਾਰੇ ਦੀ ਦੀਵਾਰਾਂ ਢਾਹ ਕੇ ਮੈਂ ਪੱਕੀ ਦੀਵਾਰ ਕੀਤੀ ਤਾਂ ਕਿ ਬਿਲਡਿੰਗ ਥੱਲੇ ਡਿੱਗ ਨਾ ਜਾਵੇ ਮੈਂ ਜੀ ਦੇਖ ਸੀ ਕੋਈ ਚੇਂਜ ਨਹੀਂ ਕੀਤੀ ਇੱਕ ਐਕਸਟਰਾ ਉੱਪਰ ਬਿਲਡਿੰਗ ਇੱਕ ਮੰਜ਼ਿਲ ਬਣਾਉਣੀ ਸੀ ਉਹਦਾ ਰਿਵਾਈ ਮੈਂ ਫੀਸ ਭਰੀ ਹੋਈ ਆ ਅਤੇ ਉਹਦਾ ਮੈਂ ਨਕਸ਼ਾ ਜਿਹੜਾ ਮੈਂ ਕਮੇਟੀ ਨੂੰ ਦਿੱਤਾ ਜਿਹੜਾ ਕਿ ਵਾਰ ਵਾਰ ਉਹ ਕਹਿੰਦਾ ਕੋਈ ਨਹੀਂ ਅਸੀਂ ਪਾਸ ਕਰ ਦਿਆਂਗੇ ਉਹਦਾ ਅੱਜ ਤੱਕ ਮੈਨੂੰ ਕੋਈ ਜਵਾਬ ਨਹੀਂ ਆਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਨਕਸ਼ਾ ਅਪਲਾਈ ਕੀਤੇ ਮੈਨੂੰ ਨਕਸ਼ਾ ਅਪਲਾਈ ਕੀਤੇ ਨੂੰ ਕਮ ਸੇ ਕਮ ਸਾਲ ਦੇ ਕਰੀਬ ਹੋ ਗਿਆ ਇੱਕ ਡਿਪਟੀ ਕਮਿਸ਼ਨਰ ਦੀ ਰਿਪੋਰਟ ਆ ਜਿਹਦੇ ਵਿੱਚ ਉਹਨਾਂ ਵੱਲੋਂ ਰਿਪੋਰਟ ਡਿਪਟੀ ਕਮਿਸ਼ਨਰ ਵੱਲੋਂ ਜਵਾਬ ਦਿੱਤਾ ਗਿਆ ਕਿ ਨਕਸ਼ੇ ਦੇ ਵਿਰੁੱਧ ਆ ਜਿਹੜੀ ਉਸਾਰੀ ਕਰਵਾਈ ਜਾ ਰਹੀ ਤੁਹਾਡੇ ਵੱਲੋਂ ਮੈਂ ਨਕਸ਼ੇ ਦੇ ਵਿਰੁੱਧ ਕੋਈ ਉਸਾਰੀ ਨਹੀਂ ਕਰ ਰਿਹਾ ਮੈਂ ਜੋ ਰਿਵਾਜ ਨਕਸ਼ਾ ਦਿੱਤਾ ਆ ਉਹਦਾ ਜਵਾਬ ਉਹ ਨਹੀਂ ਦੇ ਰਹੇ ਉਹਦੇ ਮੁਤਾਬਕ ਹੀ ਉਸਾਰੀ ਕੀਤੀ ਹੈਗੀ ਆ ਜੇ ਕਿਤੇ ਮੇਰੀ ਉਸਾਰੀ 1937 ਦੇ ਨਕਸ਼ੇ ਦੇ ਮੁਤਾਬਕ ਨਹੀਂ ਆ ਤਾਂ ਮੈਂ ਹਰ ਤਰ੍ਹਾਂ ਦਾ ਦੇਣਾ ਕਿਉਂਕਿ ਐਜ਼ ਪਰ ਰੂਲ 1976 ਬਾਈ ਲਾਜ ਮੈਂ ਨਕਸ਼ਾ ਜਿਹੜਾ ਹੈਗਾ 1978 ਦਾ 1938 ਦੇ ਵਿੱਚ ਇਹਦੇ ਪੁਰਾਣੇ ਮਾਲਕਾਂ ਨੇ ਪਾਸ ਕਰਾਇਆ ਸੀ ਦੋ ਬਿਲਡਿੰਗਾਂ ਦੋ ਮੰਜ਼ਿਲਾਂ ਦਾ ਮੈਂ ਤੀਜੀ ਮੰਜ਼ਿਲ ਵਾਸਤੇ ਹੁਣ ਰਿਵਾਜ ਕੀਤਾ ਪਹਿਲੇ ਮੇਰਾ ਮਨ ਸੀ ਕਿ ਆਪਣਾ ਕਮਰਸ਼ੀਅਲ ਕਰਾਂ ਮੈਂ ਫਿਰ ਕਮਰਸ਼ੀਅਲ ਨਹੀਂ ਕੀਤਾ ਅਤੇ ਮੈਂ ਰੈਜੀਡੈਂਸ਼ੀਅਲ ਹੀ ਉਹਨੂੰ ਬਣਾਇਆ ਜਿਹੜਾ ਕਿ ਜਿਵੇਂ ਪੜੋਸੀ ਜਿਹੜੇ ਕਿ ਸ਼ਿਕਾਇਤ ਕਰ ਰਹੇ ਹੈਗੇ ਆ ਉਹਨਾਂ ਦਾ ਵੀ ਨਕਸ਼ਾ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਮੈਂ ਨਕਸ਼ਾ ਅਪਲਾਈ ਕੀਤਾ ਹੈਗਾ ਔਰ ਉਹ ਨਕਸ਼ਾ ਜਿਹੜਾ ਹੈਗਾ ਇਹ ਨਹੀਂ ਮੈਨੂੰ ਪਤਾ ਉਹਨਾਂ ਪਾਸ ਕਰਾਇਆ ਕਿ ਨਹੀਂ ਕਰਾਇਆ ਪਰ ਨਕਸ਼ਾ ਬਿਲਕੁਲ ਹੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਮੇਰੀ ਬਿਲਡਿੰਗ ਦਾ ਹੈ ਹਾਂਜੀ ਏਡੀਪੀ ਸਾਹਿਬ ਇੱਕ ਰੇਲਵੇ ਮੰਡੀ ਦਾ ਮਾਮਲਾ ਮੁਹੱਲੇ ਦੇ ਕੌਂਸਲਰ ਦੇ ਪਰਿਵਾਰ ਵੱਲੋਂ ਵਾਰਡ ਦੇ ਕੌਂਸਲਰ ਦੇ ਪਰਿਵਾਰ ਵੱਲੋਂ ਇੱਕ ਨਜਾਇਜ਼ ਉਸਾਰੀ ਕਰਵਾਈ ਜਾ ਰਹੀ ਆ ਵਾਰ ਵਾਰ ਗ੍ਰੀਵੀਅੰਸ ਰਿਪੋਰਟ ਵੀ ਪਾਈ ਗਈ ਆ ਇਕਬਾਲ ਸਿੰਘ ਹੋਰਾਂ ਵੱਲੋਂ ਸਟੋਪ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਤੁਹਾਡੇ ਵੱਲੋਂ ਕਿਉਂ ਨਹੀਂ ਸਰ ਉੱਥੇ ਕੰਮ ਰੁਕ ਰਿਹਾ ਹਾਂਜੀ ਇਹ ਜਿਹੜਾ ਸ਼ਿਕਾਇਤ ਸਾਡੇ ਧਿਆਨ ਵਿੱਚ ਆਈ ਸੀ 3-4 ਮਹੀਨੇ ਪਹਿਲਾਂ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਨੋਟਿਸ ਵਗੈਰਾ ਜਾਰੀ ਕੀਤੇ ਨੇ ਨੋਟਿਸ ਜਾਰੀ ਕੀਤੇ ਨੇ ਐਜ਼ ਪਰ ਪੰਜਾਬ ਮਿਊਨਸੀਪਲ ਐਕਟ 1976 ਜੋ ਕਾਰਵਾਈ ਹੁੰਦੀ ਸੀ ਆਪਾਂ ਨੋਟਿਸ ਜਾਰੀ ਕੀਤੇ ਨੋਟਿਸ ਜਾਰੀ ਕਰਨ ਤੋਂ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਨਕਸ਼ਾ ਪਾਸ ਕਰਵਾਇਆ ਸੀ ਕਾਰਪੋਰੇਸ਼ਨ ਤੋਂ ਲੇਕਿਨ ਉਹ ਨਕਸ਼ੇ 'ਚ ਵਾਇਲੇਸ਼ਨ ਸੀ ਉਹ ਵਾਇਲੇਸ਼ਨ ਕਰਕੇ ਅਸੀਂ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਸੀਗੇ ਨੋਟਿਸ ਜਾਰੀ ਕਰਨ ਤੋਂ ਉਪਰੰਤ ਫਿਰ ਇਹਨਾਂ ਨੂੰ ਇੱਕ ਰਿਵਾਈਜ਼ ਨਕਸ਼ਾ ਪੇਸ਼ ਕੀਤਾ ਗਿਆ ਸੀਗਾ ਰਿਵਾਈਜ਼ ਨਕਸ਼ਾ ਜਿਹੜਾ ਹੈਗਾ ਉਹ ਪ੍ਰੋਸੈਸ ਕਾਰਪੋਰੇਸ਼ਨ ਦੇ ਪ੍ਰੋਸੈਸ 'ਚ ਉਹ ਸਾਡੀ ਕਾਰਪੋਰੇਸ਼ਨ ਦੇ ਆਨਲਾਈਨ ਆਈ ਡੀ 'ਤੇ ਆਇਆ ਹੋਇਆ ਉਹ ਅਸੀਂ ਦੇਖ ਰਹੇ ਹਾਂ ਉਹ ਪ੍ਰੋਸੈਸ ਚੱਲ ਰਿਹਾ ਸਾਈਡ ਬਾਈ ਸਾਈਡ ਨਕਸ਼ਾ ਪਰ ਅੰਡਰ ਪ੍ਰੋਸੈਸ
होने के बावजूद उन्होंने नक्शा पास नहीं समझा जा सकता पर फिर भी उन्होंने वालों जी उसारी लगातार करवाई जा रही है। देखो उसारी करवाई जा रही थी असि जो नोटिस देते हैं हूँ रही डेमोलिशन जो तक उन्होंने नक्शा रिजेक्ट नहीं हों कोई कार्रवाई सिरे नहीं चढ़ती उद तक आप डेमोलिशन नहीं कर सकते। हाँ आप जो नक्शा वह असं करवा रहे हैं प्रोसैस करवा रहे हैं दूसरे बंदे की सुनवाई जरूरी है असं सिंपली नोटिस दे के उस वे हटा देना जरा नहीं काम करता नोटिस दे के जे अगला अवे करके दोबारा रिवाइज नक्शा सू पेश करता एक उन्हें पास करवाया बिना नक्शे तो बिल्कुल नहीं बना रहा एक नक्शा उन्हें पास करवाया दूसरा जो नक्शा उन्हें अपलाई किया वो आप प्रोसैस है साढ़े जे सू लगे कि एज पर रूल नहीं है नक्शा वह मतलब कोई गलत नक्शा आया फिर उन्होंने रिजेक्ट करके ना ही कार्रवाई की जाएगी। एक उन्होंने वालों ऑडियो सुनाई गई है जिद वालों कहा जा रहा है कि नहीं यार मेरे प्रेशर है काफी मैं कला कुछ नहीं कर सकता कोई है प्रेशर नहीं है लेकिन होर मेरे कोई प्रेशर नहीं।